ਪਹਿਲਾਂ ਤਬਲਾ ਸੁਣ ਰਹੇ ਹਾਂ ਤਬਲਾ ਪਹੁੰਚ ਗਏ ਆ ਪਹੁੰਚ ਗਏ ਭਾਈ ਆ ਲੀ ਮਾਣਾ ਦੇਖੋ ਇਹ ਕਿਹੜਾ ਹੋਟਲ ਹੈ ਬੇਬੀਲੋਨ 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 ਰਾਏਪੁਰ ਦਾ ਬੜਾ ਹੀ ਚੰਗਾ ਹੋਟਲ ਲਓ ਜੀ ਅਸੀਂ ਆਪਣੇ ਰੂਮ ਦੇ ਵਿੱਚ ਐਂਟਰ ਕਰ ਗਏ ਹਾਂ ਹਾਂਜੀ ਗਗਨ ਭਾਅ ਜੀ ਕੀ ਲੱਭ ਰਹੇ ਹੋ ਸਮਾਨ ਹੀ ਲੱਭਣਾ ਹੁੰਦਾ ਅਸੀਂ ਹੋਰ ਕੀ ਲੱਭਣਾ ਹੁੰਦਾ ਸਾਨੂੰ ਕਾਹਲੀ ਪਈ ਵੀ ਇੱਕ ਘੰਟਾ ਰਹਿ ਗਿਆ ਕੀਰਤਨ ਕਰਨ ਨੂੰ ਅਤੇ ਨਹੀਂ ਸਮਾਨ ਅਜੇ ਆ ਰਿਹਾ ਥੱਲੋਂ ਅਜੇ ਆ ਰਿਹਾ ਨਾ ਬਾਕੀ ਦਾ ਚਲੋ ਬਾਕੀ ਆ ਜਾਂਦੇ ਇਹ ਹੈ ਜੀ ਸਾਡਾ ਰੂਮ ਖੋਲ ਰਹੇ ਭਾਅ ਜੀ ਹਾਂਜੀ ਵਿੱਚੋਂ ਕਿੱਥੇ ਆ ਬਾਈਕ ਹਾਂਜੀ ਇਹ ਤਾਂ ਮੈਂ ਪੁੱਛ ਰਿਹਾ ਮੈਂ ਕਿਹਾ ਇੰਜਨ ਕਿੱਥੇ ਗਿਆ ਇਹਦਾ ਇੰਜਨ ਲਾਉਣਾ ਪੈਣਾ ਲਾਉਣਾ ਪੈਣਾ ਲਾਉਣਾ ਪੈਣਾ ਲਓ ਜੀ ਆ ਸਾਡੇ ਬੜੇ ਪਿਆਰ ਵਾਲੇ ਇੱਥੇ ਸਿੰਘਾਂ ਨੇ ਆ ਫੋਨ ਦੇ ਕਵਰ ਦਿੱਤੇ ਸਾਨੂੰ ਅਤੇ ਇਹਦੀ ਕੋਈ ਖਾਸੀਅਤ ਹੈ ਇਹਨਾਂ ਦੀ ਕੋਈ ਖਾਸੀਅਤ ਹੈ ਖਾਸ ਖਾਸ ਗੱਲ ਹੈ ਇਹਨਾਂ ਦੇ ਵਿੱਚ ਉਹ ਖਾਸ ਗੱਲ ਇਹ ਹੈ ਕਿ ਇੱਦਾਂ ਤਾਂ ਇਹ ਲੱਗਦੇ ਆ ਨੋਰਮਲ ਪਰ ਜਦੋਂ ਇਹਨਾਂ ਨੂੰ ਘੁਮਾਈਏ ਤਾਂ ਓਹੋ ਕਿਆ ਅਮਨਜੋਤ ਜੀ ਸੋ ਇਹਨੂੰ ਘੁਮਾਈਏ ਆਹ ਬਹੁਤ ਵਧੀਆ ਚੀਜ਼ ਹੈ ਅਤੇ ਧੰਨਵਾਦ ਜਿਹੜੇ ਸਿੰਘਾਂ ਨੇ ਦਿੱਤਾ ਦਾਰੇ ਭਾਅ ਜੀ ਦਾ ਅਜੇ ਰਾਹ 'ਚ ਹੀ ਹੈ ਅਤੇ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਜੀ ਧੰਨਵਾਦ ਇਹ ਵਧੀਆ ਜੀ ਵਾਕ ਨੂੰ ਜਦੋਂ ਟਾਈਮ ਲੱਗਦਾ ਇੱਥੇ ਵੋਕ ਕਰ ਲਈਦੀ ਆ ਕਾਫੀ ਲੰਬਾ ਰੈਂਪ ਬਣਿਆ ਹੋਇਆ ਆਪਣੀ ਫੋਟੋਗ੍ਰਾਫੀ ਆਪ ਹੀ ਕੀਤੀ ਜਾ ਰਹੀ ਹੈ ਇਸੇ ਕਰਕੇ ਉਹਨੂੰ ਸੈਲਫੀ ਨਾਮ ਦਿੱਤਾ ਗਿਆ ਹਾਂਜੀ ਅੱਜ ਕੋਈ ਖਾਸ ਗੱਲ ਨਾ ਮੈਂ ਦੇਖ ਰਿਹਾ ਕਿੰਨਾ ਕੁ ਥੱਕਿਆ ਹੋਇਆ ਕਿਉਂਕਿ ਰਾਤੀ ਸੁੱਤੇ ਨਹੀਂ ਹਾਂ ਸ਼ਕਲੋਂ ਤਾਂ ਥੱਕਿਆ ਲੱਗ ਰਿਹਾ ਹਾਂਜੀ ਰੈਡੀ ਦਾਰਾ ਭਾਅ ਜੀ ਥੋੜ੍ਹਾ ਬਾਹਰ ਆਓ ਹਨੇਰੇ 'ਚ ਤੁਸੀਂ ਰੈਡੀ ਹੋ ਰਹੇ ਭਾਅ ਜੀ ਬਸ ਭੁੱਖ ਬਹੁਤ ਲੱਗੀ ਹੋਈ ਜਲਦੀ ਕਰੋ ਯਾਰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਅੱਛਾ ਜੀ ਤੈਨੂੰ ਨਹੀਂ ਲੱਗੀ ਠੀਕ ਹੀ ਹੈ ਬਹੁਤ ਲੱਗੀ ਭਾਅ ਜੀ ਸੱਚੀ ਲੱਗੀ ਢਿੱਡ ਵੀ ਇੱਧਰ ਵੜ ਗਿਆ ਢਿੱਡ ਲਓ ਜੀ ਬ੍ਰੇਕਫਾਸਟ ਟਾਈਮ ਸਪਰਾਊਟਸ ਵੈਜੀਟੇਬਲਸ ਬੀਨਸ ਪਟੈਟੋ ਅਤੇ ਆ ਮੂੰਗੀ ਦੀ ਦਾਲ ਦੇ ਪਕੌੜੇ ਵਰਗਾ ਫਰੂਟਸ ਵਾਹ ਵਾਹ ਪੈਨਕੇਕ ਪਟੈਟੋ ਅਤੇ ਟਮੈਟੋ ਵਾਹ ਵਾਹ ਆ ਮੈਂ ਬੀਨਸ ਪਾਈਆਂ ਪਰ ਇਹਦੇ ਨਾਲ ਚੀਜ਼ ਬਾਅਦ 'ਚ ਖਾਵਾਂਗੇ ਠੀਕ ਹੈ ਜੀ ਵਾਹ ਘਰ ਭਾਜੀ ਫਰੂਟਸ ਪੈਨਕੇਕ ਕਿਆ ਸਬਜ਼ੀ ਲਈ ਇਹਦੇ ਨਾਲ ਪੂੜੀ ਆ ਰਹੀ ਗਰਮਾ ਗਰਮ ਮੂੰਗੀ ਦੀ ਦਾਲ ਦੇ ਪਕੌੜੇ ਵੀ ਪਏ ਹੋਏ ਹਾਂ ਬਿਲਕੁਲ ਠੀਕ ਹੈ ਜੀ ਹੈਲੋ ਦੋਨੋਂ ਇਕੱਠੇ ਨੇ ਜੋ ਜੋ
ਭਾਜੀ ਕਿੱਥੇ ਜਾ ਰਹੇ ਪੈਦਲ ਪੈਦਲ? ਬਸ ਜਦੋਂ ਕੋਈ ਗੱਡੀ ਨਾ ਮਿਲੇ ਇੱਦਾਂ ਹੀ ਜਾਣਾ ਹੁੰਦਾ ਵਾ, ਮਜ਼ਾਕ ਕਰਦਾ। ਕਿੱਥੇ ਜਾ ਰਹੇ ਤੇਰੇ ਭਾਜੀ? ਪ੍ਰਸ਼ਾਦਾ ਛੱਕ ਕੇ ਅਤੇ ਐਕਚੁਅਲੀ ਜਿਨ੍ਹਾਂ ਦੇ ਘਰ ਪ੍ਰਸ਼ਾਦਾ ਛੱਕਣ ਗਏ ਸੀ, ਹੋਟਲ ਮਸਾਂ ਹੀ 5 ਮਿੰਟ ਦੀ ਸਾਡੀ ਲੱਤਾਂ ਦੀ ਡਰਾਈਵ ਹੈ। ਅੱਛਾ। ਹਾਂ, ਅਤੇ ਅਸੀਂ ਕਿਹਾ ਵੀ ਚਲੋ ਗੱਡੀ 'ਤੇ ਕੀ ਜਾਣਾ, ਪੈਦਲ ਹੋਟਲ ਤੱਕ ਪਹੁੰਚ ਜਾਂਦੇ ਨੇ। ਪ੍ਰਸ਼ਾਦਾ ਵੀ ਪੱਜ ਜਾਏਗਾ ਨਾਲੇ? ਹਾਂ ਪੱਜ ਜਾਏਗਾ, ਉਹ ਵੀ ਅਸਲੀ, ਉਹ ਤਾਂ ਪੱਜਣਾ ਪੱਜਣਾ। ਚਲੋ ਧੰਨਵਾਦ। ਕੀ ਹੋਇਆ, ਥੱਕ ਗਿਆ? ਹਾਂਜੀ, ਜਿੰਨਾ ਜਿੰਨਾ ਲਾਗੇ ਸਮਝਿਆ ਸੀ ਉਸ ਤੋਂ ਥੋੜ੍ਹਾ ਜਿਹਾ ਐਸਟੀਮੇਟ ਜ਼ਿਆਦਾ ਹੋ ਗਿਆ, ਤਾਂ ਕਰਕੇ ਡਿਸਟੈਂਸ ਬਹੁਤ। ਆਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਰਾਏਪੁਰ ਦੇ ਸਮਾਗਮ ਸਮਾਪਤ ਹੋ ਚੁੱਕੇ ਹਨ ਜੀ, ਹੁਣ ਅਸੀਂ ਜਾ ਰਹੇ ਹਾਂ ਵਾਪਸ। ਅਤੇ ਰਾਤ ਮੇਰੇ ਖਿਆਲ 2-2.5 ਘੰਟੇ ਸਿਰਫ ਆਰਾਮ ਹੋਇਆ, ਅਤੇ ਹੁਣ ਫਿਰ ਤਿਆਰ ਹੋ ਕੇ, ਅਤੇ ਸਵੇਰੇ ਅਰਲੀ 7 ਵਜੇ ਦੀ ਫਲਾਈਟ ਹੈ। ਸੋ ਫਲਾਈਟ ਲੈ ਕੇ ਸਿੱਧਾ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਫਿਰ ਘਰ ਨੂੰ ਜਾਵਾਂਗੇ ਜਲੰਧਰ। ਧੰਨਵਾਦ। ਰਾਏਪੁਰ ਏਅਰਪੋਰਟ, ਦਿੱਲੀ ਏਅਰਪੋਰਟ ਪਹੁੰਚ ਗਏ ਹਾਂ ਜੀ। ਅੱਜ ਬੜੀ ਦੇਰ ਬਾਅਦ ਫਲਾਈਟ 'ਚ ਬਹੁਤ ਸੋਹਣੀ ਨੀਂਦ ਆਈ। ਨੀਂਦ ਆਈ ਨਾ? ਮੈਨੂੰ ਵੀ ਬੜੀ ਨੀਂਦ ਆਈ। ਏਅਰ ਇੰਡੀਆ ਤੁਹਾਨੂੰ ਆਈ? ਮੈਂ ਵੀ ਸੁੱਤਾ ਸੀ ਭਾਈ। ਮੈਂ ਵੀ ਜਾਂਦਿਆਂ ਸੋ ਗਿਆ। ਮੀਲ ਵੀ ਨਹੀਂ ਲਿਆ ਅੱਜ। ਮੀਲ ਵੀ ਨਹੀਂ ਲਿਆ? ਉੱਦਾਂ ਵੀ ਅੱਜ ਕੱਲ੍ਹ ਜੱਥਾ ਡਾਈਟਿੰਗ 'ਤੇ ਹੈ ਮੈਨੂੰ ਲੱਗਦਾ। ਸਮਾਨ ਆ ਗਿਆ ਜੀ ਸਾਡਾ। ਅਤੇ ਭਾਅ ਜੀ ਹਾਰਮੋਨੀਅਮ ਨਹੀਂ ਆਏ ਆਪਣੇ? ਆਹੋ, ਬੈਲਟ ਸਾਰੀ ਖਾਲੀ ਹੋ ਗਈ, ਸਾਡੇ ਹਾਰਮੋਨੀਅਮ ਨਹੀਂ ਆਏ। ਅਤੇ ਸਾਡੇ ਹਾਰਮੋਨੀਅਮ ਦਾ ਚੱਕਰ ਹੀ ਪਿਆ ਰਹਿੰਦਾ ਕਿਤੇ ਨਾ ਕਿਤੇ। ਐਤਕੀ ਥੋੜ੍ਹੀ ਵੈਸੇ ਉਹਨਾਂ ਨੂੰ ਸਪੈਸ਼ਲ ਹਿਦਾਇਤ ਦਿੱਤੀ ਸੀ। ਮਿਲ ਗਏ ਮਿਲ ਗਏ ਮਿਲ ਗਏ ਹਾਰਮੋਨੀਅਮ ਸਾਡੇ ਵਧੀਆ ਤਰੀਕੇ ਨਾਲ। ਮੈਂ ਵੀ ਬਣਾ ਰਿਹਾ ਵਲੌਗ ਇਹਦੇ 'ਚ, ਚਲੋ ਕੋਈ ਤੁਸੀਂ ਕਰ ਲਓ। ਨਹੀਂ ਨਹੀਂ ਤੂੰ ਬਣਾ ਲੈ। ਲੱਗਦਾ ਸਪੈਸ਼ਲ ਬੈਲਟ 'ਤੇ ਭੇਜੇ ਇਹਨਾਂ ਨੇ, ਦੇਖਦੇ ਹਾਂ ਐਤਕੀ ਸ਼ਾਇਦ। ਲੱਗਦਾ ਤਾਂ ਦਾਰਾ ਭਾਈ ਠੀਕ ਪਏ ਨੇ ਆਪਣੇ। ਨਹੀਂ ਨਹੀਂ ਮਤਲਬ ਐਤਕੀ ਇਹਨਾਂ ਨੇ ਕੇਅਰ ਕੀਤੀ ਕਾਫੀ ਲੱਗਦਾ। ਇਹ ਤਾਂ ਖੋਲ੍ਹ ਕੇ ਪਤਾ ਲੱਗੂਗਾ। ਗੇਟ 'ਤੇ ਪਹੁੰਚ ਗਏ ਹਾਂ, ਸਾਡੀ ਫਲਾਈਟ ਲੇਟ ਹੋ ਗਈ ਹੈ ਅਤੇ ਸਾਰੀਆਂ ਸਵਾਰੀਆਂ ਵੇਟ ਕਰ ਰਹੀਆਂ ਨੇ ਵੀ ਕਦੋਂ ਸਾਡੀ ਫਲਾਈਟ ਚੱਲੇ। ਸੋ ਜਦੋਂ ਕਈ ਵਾਰੀ ਸੀਟ ਨਾ ਮਿਲੇ, ਕੁਰਸੀਆਂ ਫੁੱਲ ਹੋਣ, ਅਤੇ ਅਸੀਂ ਭੁੰਜੇ ਵੀ ਬੈਠ ਜਾਈਦਾ। ਸੋ ਭੁੰਜੇ ਬੈਠ ਕੇ ਰੈਸਟ ਹੋ ਰਹੀ ਹੈ ਅਮਨਜੋਤ ਸਿੰਘ ਜੀ ਅਤੇ ਦਾਰਾ ਸਿੰਘ ਜੀ। ਆਫਟਰ ਆਲ ਨਾਓ ਵੀ ਆਰ ਗੋਇੰਗ ਟੂ ਅੰਮ੍ਰਿਤਸਰ। ਸੋ ਉੱਥੇ ਜਾ ਕੇ ਫਿਰ ਬਾਕੀ ਦੀ ਅਪਡੇਟ ਦਿੰਦੀ ਹਾਂ ਜੀ। ਅੰਮ੍ਰਿਤਸਰ ਏਅਰਪੋਰਟ ਪਹੁੰਚ ਗਏ ਹਾਂ ਜੀ। ਪੰਜਾਬ ਜਾਓ ਭਗਤ ਬਹੁਤ ਹੈ। ਪੰਜਾਬ 'ਚ ਇੱਕ ਜਾਣੇ ਨੂੰ 10 ਜਣੇ ਲੈਣ ਆਉਂਦੇ ਆ। ਮੈਂ ਉਹੀ ਕਹਿ ਰਿਹਾ ਨਾ ਵੀ ਪੰਜਾਬ 'ਚ ਆਓ ਭਗਤ ਬਹੁਤ ਹੈ। ਮੋੜਾ ਵੀ ਕੋਈ ਆਇਆ ਇਹ ਹੈ ਜੀ ਅੰਮ੍ਰਿਤਸਰ ਏਅਰਪੋਰਟ।
ਚਲੋ ਜੀ ਘਰ ਪਹੁੰਚ ਗਏ ਹਾਂ ਅਤੇ ਵਾਜੇ ਸਹੀ ਸਲਾਮਤ ਹੈ। ਕਾਫੀ ਦੀ ਪੈਕਿੰਗ ਕਰਨੀ ਪਈ ਅਤੇ ਆਫਟਰ ਆਲ ਠੀਕ ਠਾਕ ਮਿਲ ਗਏ ਵਾਜੇ। ਧੰਨਵਾਦ ਜੀ।